बहुत जरूरी गल्लां हन
ਉਹ ਕੋਈ ਬਾਹਰ ਜਗ੍ਹਾ ਮੁਕਰਰ ਕਰਕੇ ਉੱਥੇ ਕਰ ਆਓ ਫਿਰ ਆ ਜਾਣਾ ਇੱਥੇ ਅੰਦਰ ਕਿਉਂਕਿ ਤੁਹਾਡੀਆਂ ਗੱਲਾਂ ਬਾਹਰ ਲੀਆਂ ਗੁਰਦੇਵ ਦੀਆਂ ਗੱਲਾਂ ਜੋ ਕਰਨ ਲੱਗੇ ਹਾਂ ਉਹਨਾਂ ਗੱਲਾਂ ਨੂੰ ਕਿਹੜੇ ਨਪਾਲੀਆਂ ਹਨ ਗੁਰੂ ਦਾ ਸਿੱਖ ਕੋਈ ਕੰਮ ਕਰਨ ਤੋਂ ਪਹਿਲਾਂ ਉਹ ਗੁਰੂ ਨੂੰ ਮੁੱਖ ਰੱਖ ਕੇ ਕਾਰਜ ਕਰਦਾ ਹੈ ਕਿ ਉਹ ਗੁਰਸਿੱਖ ਦੀ ਬਜਾਏ ਗੁਰਮੁਖ ਬਣ ਜਾਂਦਾ ਮਨਮੁੱਖ ਉਹ ਕੋਈ ਕਾਰਜ ਕਰਨ ਤੋਂ ਪਹਿਲਾਂ ਮਨ ਨੂੰ ਮੁੱਖ ਰੱਖਦਾ ਤੇ ਉਹ ਹਰ ਵੇਲੇ ਮਨਮੁੱਖ ਬਣਦਾ ਹੈ ਅੱਜ ਦੇ ਯੁੱਗ ਵਿੱਚ ਗੁਰਸਿੱਖ ਗੁਰਮੁਖ ਮਨਮੁੱਖ ਇਹ ਦੋ ਪਹਿਲੂ ਦੋ ਪੱਖ ਜੋ ਆਈਆਂ ਸਿੱਖਾਂ ਅਤੇ ਮਨਮੁੱਖਾਂ ਨੇ ਸਾਡੇ ਸਾਹਮਣੇ ਆਧਾਰ ਨੂੰ ਜੋ ਪੇਸ਼ ਕਰ ਦਿੱਤੇ ਹਨ ਇੱਕ ਪੱਖ ਹੈ ਮਨਮੁੱਖਾਂ ਦਾ ਜੋ ਕੇਵਲ ਰਾਜਨੀਤੀ ਨੂੰ ਆਸਰਾ ਲੈ ਕੇ ਚੱਲਦੇ ਹਨ ਰਾਜਨੀਤਿਕ ਲੋਕ ਸੰਤ ਕਰਤਾਰ ਸਿੰਘ ਜੀ ਖਾਲਸਾ ਕੌਮ ਦੇ ਮਹਾਨ ਜਰਨੈਲ ਕਿਹਾ ਕਰਦੇ ਸਨ ਕਿ ਰਾਜਨੀਤਿਕ ਮਨੁੱਖ ਜੋ ਮਨ ਨੂੰ ਮੁੱਖ ਰੱਖ ਕੇ ਕੰਮ ਕਰਦਾ ਉਹ ਗੱਜ ਵੇਲੇ ਗਲੇ ਨੂੰ ਬਾਪੂ ਕਹਿੰਦਾ ਮਾਣਾ ਗੱਜ ਨਿਕਲਣ ਤੋਂ ਬਾਅਦ ਜਦੋਂ ਕਿਤੇ ਸ਼ਭਾਸ਼ਾਲੀ ਉਹਦਾ ਪਿਓ ਬਾਪ ਰਾਜਨੀਤਿਕ ਦਾ ਬਾਪ ਕੋਲ ਚਲੇ ਜਾਏ ਤੇ ਉਹ ਕਹੇ ਪਿਤਾ ਜੀ ਆਹ ਬੜਾ ਜ਼ਰੂਰੀ ਕੰਮ ਹੈ ਪੁੱਤਰ ਪਿਤਾ ਕਹੇ ਪੁੱਤਰ ਆ ਬੜਾ ਜ਼ਰੂਰੀ ਕੰਮ ਹੈ ਕਰਨ ਵਾਲਾ ਉਹ ਕਹਿੰਦਾ ਬਾਪੂ ਜੀ ਤੁਸੀਂ ਵਿਚਾਰਿਆ ਨਹੀਂ ਸੋਚਿਆ ਨਹੀਂ ਤੁਹਾਡਾ ਦਿਮਾਗ ਖੋਤੇ ਦਾ ਦਿਮਾਗ ਹੈ ਇਸ ਕਰਕੇ ਕੰਮ ਨਹੀਂ ਹੋ ਸਕਦਾ ਮਤਲਬ ਗੰਜ ਨਿਕਲਣ ਤੋਂ ਬਾਅਦ ਉਹ ਆਪਣੇ ਬਾਪੂ ਨੂੰ ਖੋਤਾ ਬਣਾ ਲਿਆ ਇੱਕ ਪੱਖ ਹੈ ਰਾਜਨੀਤੀ ਦਾ ਪੱਖ ਇੱਕ ਪੱਖ ਹੈ ਧਰਮ ਦਾ ਪੱਖ ਜਿਸ ਨੂੰ ਧਾਰਮਿਕ ਪੱਖ ਕਿਹਾ ਜਾਂਦਾ ਹੈ ਜੋ ਗੁਰੂ ਦੇ ਆਸਰੇ ਨਾਲ ਆਰੰਭ ਹੁੰਦਾ ਹੈ ਤੇ ਗੁਰੂ ਦੇ ਆਸਰੇ ਨਾਲ ਸਥਾਪਿਤ ਹੁੰਦਾ ਅੱਜ ਦਾ ਸਾਡਾ ਧਾਰਮਿਕ ਲੀਡਰ ਅਤੇ ਰਾਜਨੀਤਿਕ ਲੀਡਰ ਧਰਮ ਦੇ ਨਾਂ ਉੱਤੇ ਉਹ ਹਰ ਗੱਲ ਕਰਦਾ ਹੈ ਵਰਨਾ ਸਮਾਂ ਪੈਣ ਉੱਤੇ ਔਗੜ ਪੈਣ ਉੱਤੇ ਉਹ ਧਰਮ ਦੀ ਬੁਨਿਆਦ ਛੱਡ ਕੇ ਅਤੇ ਰਾਜਨੀਤੀ ਨਾਲ ਧਰਮ ਨੂੰ ਵੇਚ ਦਿੰਦਾ ਹੈ ਇਹ ਪੱਖ ਹੈ ਜੋ ਮੈਂ ਤੁਹਾਡੇ ਸਾਹਮਣੇ ਅੱਜ ਦੇ ਸਮੇਂ ਵਿੱਚ ਬੇਨਤੀ ਕਰਨੀ ਚਾਹਾਂਗਾ ਤੁਸਾਂ ਤਵੱਜੋ ਰੱਖਣੀ ਹੈ ਭਾਈ ਧਰਮ ਅਤੇ ਰਾਜਨੀਤੀ ਦੋ ਪੱਖ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਦਿੱਤੇ ਹਨ ਮੀਡੀਆ ਤੇ ਪੀੜੀ ਦੀਆਂ ਦੋ ਤਲਵਾਰਾਂ ਪਹਿਨਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਾਮ ਤਖਤ ਦੀ ਰਚਨਾ ਰਚ ਕੇ ਅਤੇ ਇਹ ਯਾਦ ਕਰ ਦਿੱਤਾ ਹੈ ਕਿ ਜਿਹੜਾ ਧਰਮ ਹੈ ਉਹ ਰਾਜਨੀਤੀ ਦੇ ਅਖਬਾਰ ਹੈ ਰਾਜਨੀਤੀ ਧਰਮ ਦੀ ਸੇਵਾਦਾਰ ਨਹੀਂ ਹੈ ਸੇਵਾ ਕਰਕੇ ਧਰਮ ਨੂੰ ਪ੍ਰਫੁੱਲਤ ਕਰਨ ਲਈ ਉਹ ਇਸਤੇਮਾਲ ਕੀਤੀ ਜਾ ਸਕਦੀ ਹੈ ਪਰ ਧਰਮ ਤੇ ਅਖਬਾਰੀ ਕਰਕੇ ਰਾਜਨੀਤਿਕ ਆਦਮੀ ਅਗਰ ਅਖਬਾਰ ਬਣ ਕੇ ਧਰਮ ਨੂੰ ਘੋੜੀ ਬਣਾ ਕੇ ਚਲਾਉਣਾ ਚਾਹੇ ਹਰ ਗੱਲ ਧਰਮ ਨੂੰ ਆਫ ਨਹੀਂ ਕਰੇਗਾ ਨੋਟ ਕਰੋ ਗੱਲ ਕਈ ਕਹਿੰਦੇ ਜੀ ਸਾਨੂੰ ਧਰਮ ਸਿਖਾਉਂਦਾ ਕੀ ਵਾਰ ਕਰਨਾ ਮੈਂ ਨਹੀਂ ਕਹਿੰਦਾ ਗੁਰਦੇਵ ਜੀ ਪੁੱਤਰ ਬਾਣੀ ਕਹਿੰਦੀ ਹੈ ਬੋਲੀਏ ਸੱਚ ਧਰਮ ਝੂਠਾ ਬਣੀਏ ਜੋ ਗੁਰ ਦੱਸੇ ਵਾਕ ਮਰੀਦਾ ਜੋੜੀਏ ਗੁਰੂ ਕਹਿੰਦੇ ਤੇ ਗੁਰੂ ਦਾ ਸਿੱਖਾ ਜੇ ਗੁਰੂ ਨੂੰ ਮੁੱਖ ਰੱਖ ਕੇ ਕੋਈ ਕਾਰਜ ਕਰਦਾ ਹੈ ਤੇ ਤੇਰੇ ਵਿੱਚ ਜੁਰਤ ਹੋਣੀ ਚਾਹੀਦੀ ਹੈ ਸੱਚ ਬੋਲਣ ਦੀ ਸੱਚ ਖਬਨਾ ਦਾ ਖਤਮ ਹੈ ਗੁਰਦੇਵ ਗੁਰੂ ਨਾਨਕ ਦੇਵ ਜੀ ਨਾਲੋਂ ਕੋਈ ਦੁਨੀਆਂ ਦਾ ਵੱਡਾ ਨਹੀਂ ਬਰੂ ਹੋਇਆ ਕਿਸੇ ਬਾਬ ਗੁਰਦੇਵ ਨੇ ਗੁਰੂ ਗ੍ਰੰਥ ਸਾਹਿਬ ਦਰਜ ਕੀਤਾ ਸਭ ਤੋਂ ਵੱਡਾ ਖੰਡ ਗੁਰੂ ਨਾਨਕ ਜਿਨ ਗੱਲ ਰੱਖੀ ਮੇਰੀ ਜਿਹੜਾ ਕਲਯੁਗ ਵਿੱਚ ਸੰਸਾਰ ਦੀ ਪਦ ਰੱਖਣ ਵਾਲਾ ਉਸ ਮਹਾਨ ਗੁਰੂ ਨਾਨਕ ਦੇਵ ਜੀ ਨੇ ਆਖਿਆ ਸੱਚੋ ਉਰੇ ਸਭ ਉੱਪਰ ਸੱਚ ਹੈ ਚਾਰ ਮਨੁੱਖ ਵਿੱਚ ਸਾਰੇ ਗੁਣ ਹੋਣ ਇਹ ਆਚਰਣ ਬਣਦਾ ਸਾਰੇ ਗੁਣ ਹੋਣ ਕਿਉਂਕਿ ਜਿੰਨੇ ਗੁਣ ਮਨੁੱਖ ਵਿੱਚ ਹੁੰਦੇ ਹਨ ਉਹਨਾਂ ਗੁਣਾਂ ਤੋਂ ਸ੍ਰੇਸ਼ਟ ਗੁਣ ਸ਼੍ਰੋਮਣੀ ਗੁਣ ਗੁਰਦੇਵ ਜੀ ਕਹੀ ਹਰ ਸੱਚ ਹੈ ਸਭ ਤੋਂ ਉੱਚਾ ਸੱਚ ਹੈ ਪਰ ਇੱਥੇ ਸੱਚ ਬੋਲਣ ਵਾਲਿਆਂ ਨੂੰ ਇੱਥੇ ਸਾਰਾ ਪੈਰੀ ਬੇੜੀਆਂ ਤੇ ਚੋਰਾ ਹੱਥ ਕਾਨੂੰਨ ਕੱਲ ਦੀਆਂ ਦੇ ਪਰਸੋਂ ਦੀਆਂ ਅਖਬਾਰਾਂ ਵਿੱਚ ਤੁਸੀਂ ਪੜ੍ਹਿਆ ਹੋਣਾ ਤਾਂ ਗੁਰੂ ਕਾ ਕੀਰਤਨੀਆ ਪ੍ਰੋਫੈਸਰ ਦਰਸ਼ਨ ਸਿੰਘ ਜਿਹੜਾ ਕੇਵਲ ਸੱਚ ਦੀ ਗੱਲ ਕਰਦਾ ਸੀ ਉਹ ਬਾਵਾ ਖਰਜਾ ਕਰਕੇ ਹਰਿਮੰਦਰ ਸਾਹਿਬ ਨੂੰ ਢੋਹਾ ਕੇ ਲੋਕਾਂ ਵਿੱਚ ਵਿਚਰਨ ਵਾਲਿਓ ਉਹ ਬਾਹਰ ਆ ਜਾਓ ਕੋਈ ਸਮਝ ਕੇ ਲੋਕਾਂ ਨਾਲ ਪ੍ਰੇਮ ਕਰੋ ਲੋਕਾਂ ਨਾਲ ਧੋਖਾ ਨਾ ਕਰੋ ਪਰ ਕੇਵਲ ਇਹੀ ਗੱਲ ਸੀ ਉਸ ਨੂੰ ਹਰਿਆਣੇ ਦੀ ਸਰਕਾਰ ਨੂੰ ਸ਼ਹਿ ਦੇ ਕੇ ਗ੍ਰਿਫਤਾਰ ਕਰਵਾਇਆ ਤੇ ਕੱਲ੍ਹ ਜੀ ਅਸੀਂ ਕੇਸ ਦਰਜ ਕਰ ਦਿੱਤਾ ਇਹ ਨੋਟ ਕਰ ਲਓ ਗੱਲ ਇੱਕ ਸਰਕਾਰ ਦੀ ਮਦਦ ਨਾ ਹੋਵੇ ਤੇ ਦੂਸਰੀ ਸਰਕਾਰ ਦੀ ਮਰਜ਼ੀ ਹੋਵੇ ਉਹ ਸੂਬੇ ਵਿੱਚੋਂ ਦੂਜੇ ਸੂਬੇ ਵਿੱਚੋਂ ਹਾਲ ਜੇ ਕੋਈ ਕਿਸੇ ਨੂੰ ਗ੍ਰਿਫਤਾਰ ਕਰਕੇ ਲੈ ਜਾਏ ਕਿਹੜੀ ਮਹਿਸੂਸ ਕਰਨ ਵਾਲੀ ਗੱਲ ਹੈ ਇਹ ਅਗਲੀਆਂ ਮਿੰਟਾਂ ਵਿੱਚ ਤੁਹਾਡੇ ਸਾਹਮਣੇ ਬੇਨਤੀ ਕਰਾਂਗਾ ਮੈਂ ਪੱਖ ਪੇਸ਼ ਕਰਨ ਲੱਗਾ ਹਾਂ ਕਿ ਹਿੰਦੁਸਤਾਨ ਦੀ ਸਰਕਾਰ ਨੇ
ਤੇ ਸਾਡੇ ਧਾਰਮਿਕ ਆਗੂਆਂ ਨੇ ਆਪਣੇ ਜੀ ਮਿਲ ਕੇ ਰਾਜਨੀਤੀ ਵਿੱਚ ਲਪੇਟ ਲਪੇਟ ਕੇ ਆ ਲੋਕਾਂ ਨੂੰ ਗੁਮਰਾਹ ਕਿਵੇਂ ਕੀਤਾ ਅਤੇ ਕੌਮ ਦੀ ਉਸ ਮਾਇਆ ਰਾਜ ਹਸਤੀ ਨੂੰ ਇਹਨਾਂ ਲੋਕਾਂ ਨੇ ਮਰਾਉਣ ਦਾ ਯਤਨ ਕੀਤਾ। ਮੇਰੇ ਸਾਧੂ ਸੱਚੇ ਪਾਤਸ਼ਾਹੀ ਨੇ ਮਹਾਨ ਬਖਸ਼ਿਸ਼ ਕੀਤੀ ਹੈ ਉਹਨਾਂ ਉੱਤੇ, ਉਹ ਸਫਲ ਨਹੀਂ ਹੋ ਸਕੇ ਪਰ ਸਫਲ ਯਤਨ ਕਰਨ ਵਿੱਚ ਸਫਲਤਾ ਵਾਸਤੇ ਹਰ ਇੱਕ ਸਾਰਾ ਯਤਨ ਕੀਤਾ ਹੈ। ਤੇ ਕੌਮ ਦਾ ਉਹ ਸਰਮੌਰ ਅਖਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਾਖਾਂ ਸ੍ਰੀ ਹਰਿਮੰਦਰ ਸਾਹਿਬ ਇਹਨਾਂ ਲੋਕਾਂ ਨੇ ਢਾਉਣ ਦਾ ਯਤਨ ਕਿਵੇਂ ਕੀਤਾ ਹੈ ਇਹ ਮੈਂ ਅੱਜ ਦੀਆਂ ਮਿੰਟਾਂ ਵਿੱਚ ਤੁਹਾਡੇ ਸਾਹਮਣੇ ਬੇਨਤੀ ਕਰਾਂਗਾ। ਜੋਗਿੰਦਰ ਸਿੰਘ ਜੀ ਅੱਜ ਤੁਹਾਡੇ ਸਾਹਮਣੇ ਸਵਾਏਵਾਰ ਹਨ, ਉਹਨਾਂ ਦੇ ਨਾਲ ਜੋ ਆਏ ਸਮੇਂ ਉੱਤੇ ਮੈਂ ਨੀ ਕਹਿੰਦਾ ਗੁਰਦੇਵ ਦੀ ਬਾਣੀ ਕਹਿੰਦੀ ਹੈ ਸੁਖਮੈ ਆਣ ਬਹੁਤ ਚੜਾਈ ਉਹ ਅਮਰਤ ਸਰ ਪਚਾਉਣ ਨੂੰ ਸੀ ਫੌਜ ਚੜਾਈ।
ਹੈਲੀਕਾਪਟਰ ਸਮੇਂ ਨਾਲ ਸਭ ਵਰਤੀ ਜਾਣੇ ਮਾਰਕ ਮੰਡੋ ਫੋਰਸਾਂ ਲੱਭਣ ਲਈ ਲੈ ਜਾਓ।
ਕੀਤਾ ਪਰ ਬਾਹਰਲੇ ਸਿੰਘਾਂ ਦੇ ਬਾਹਰਲੇ ਦੁਸ਼ਮਣ ਦੇ ਮੁਕਾਬਲੇ ਅੰਦਰਲੇ ਸਿੰਘਾਂ ਦੇ ਔਜ਼ਾਰ ਹੱਥਾਂ ਦੇ ਮੁਤਾਬਕ ਸਨ ਬਾਹਰ ਤੋਪਾਂ ਸਨ ਬਾਹਰ ਟੈਂਕ ਸਨ ਅੰਦਰ 315 ਸਟੇਨ ਗਨਾਂ ਰਾਈਫਲਾਂ ਇਹ ਤਾਂ ਛੋਟੇ ਛੋਟੇ ਔਜ਼ਾਰ ਸਨ ਬਾਹਰ ਦੇ ਮੁਕਾਬਲੇ ਚ ਅੰਦਰਲੇ ਅਧਿਕਾਰੀਆਂ ਦੇ ਹੱਥੇ ਸਨ ਇਸ ਗੱਲ ਵਿਚ ਕੋਈ ਸੰਦੇਹ ਨਹੀਂ ਤੇ ਬਾਹਰਲੇ ਦੇ ਮੁਕਾਬਲੇ ਅੰਦਰਲੇ ਦੇ ਹੱਥਿਆਂ ਵਾਂਗ ਸਨ ਪਰ ਫਿਰ ਵੀ ਗੁਰੂ ਦੇ ਸਿੱਖਾਂ ਨੇ ਗੁਰੂ ਦੇ ਭਰੋਸੇ ਉੱਤੇ ਦੁਸ਼ਮਣ ਦਾ ਪੈਰ ਅੱਗੇ ਨਹੀਂ ਪੈ ਦਿੱਤਾ
सरकार दे चले हुए कर्मचारियों ने अन्नेवा तोपा की रेंज अकाल पुरख साहब उत्ते फीर दी जो सरकार वालों छाड़ा जवाब ना बच आया भगता वाले एक तोप वड्डी पीड़ी सी बारह वाले चमारे से छह मंजिल उत्ते बैठा आया ओपी तुम कहो भी शायद यह अंदर थी जरा सारिया गलां अखा देखता सी माफ करना एक कमरे में बैठा दूसरे कमरे वाले की कोई खबर नहीं लै सकता अंदर बाहर इस तरीके गोली मार ली ये गलां इंडिया टू डे साल जो हिंदुस्तान दिल्ली तो अंग्रेजी में प्रकाशित हों भारतीय साल हिंदी में प्रकाशित हों माया साल जो हिंदी में प्रकाशित हों कौमी संतर कौमी राजनीति संत सफाई ये तारक पंजाब में छपन वाले बड़े अजिहे रसाले हैं जिन्होंने जून 1984 का अंक बड़े विस्तार लिखे है फ्रांस का एक आया हुआ प्रेस रिपोर्टर जो हिंदुस्तान की सरकार ने रेस्ट कर लिया उस वे अमृतसर में उन्हें सारी इंटरव्यू आप अखबारों में प्रकाशित की जनरल शमेर सिंह के मृतक शरीर तहखाने एक कोठे के बलबे में प्राप्त कर रहे हैं पूरे 11 बजे यह हिंदुस्तान की सरकार का कमांडर के एस बराड़ यह दरबार साहब का बूहा खोल के सिंह साहब ज्ञानी पूर्ण सिंह बाहर कड़ के उन्होंने कहता है सत जनरल सिंह जी कितने हैं साढ़े 7 बजे रेडियो तो डिकलेयर कर रहे हैं तो 11 बजे सिंह साहब पूछ रहे हैं कि सत जनरल सिंह जी कितने हैं इस गल का अंदाजा तुम आप ही ला लो भी यह सत जनरल सिंह की खबर सच्ची दिखती जा झूठी दूजे नंबर उत्ते एक गल होर नोट करने वाली है कि हिंदुस्तान की सरकार ने कहा कि हरिमंदर साहब न आग नहीं लगी हरिमंदर साहब उत्ते कोई गोली का निशान नहीं जिन्होंने अखाला रखा जाए 400 तो वे उत्ते निशान हैं जे ओरी खबर झूठी हो सकती है तो सत जनरल सिंह वाली खबर कि सच्ची हो सकती है ये सरकार का झूठ अरे सरकार का यह प्रापरगंडा इस गल की अगवाई देता है समा आया 2500 सतगुरु गुरु ग्रंथ साहब महाराज सच्चे पातशाह जो हरिमंदर साहब की पावन पुत्र धरती में सन यह सरकार दिया तोपा ने अगली फेड़ कर दिते सिख लाइब्रेरी लाइब्रेरी जो सिखा का महान विरसा जिस सी कौमी इतिहास और हिंदुस्तान की सरकार ने अगली फेड़ कर दिता कोठे साहब जिन्हें नुकसान पहुंचा यह जो कुछ कहा साडिया धार्मिक आगुआ ने जिन्होंने अभी पांच प्यारे कहते हाँ उन्होंने प्यारे भी रेडियो तो कहा जी कोठे साहब का कोई नुकसान नहीं होया तोशे खाने का कुछ नहीं मिलिया और ज्यों का त्यों है बिल्कुल ठीक ठाक है ये हरिमंदर साहब कुछ नहीं मिलिया सब कुछ ठीक ठाक है लगिया हुई गोलियां जो हरिमंदर साहब की दूजी छत उत्ते बाबा दीप सिंह जी ने कर कमला द्वारा हथ लिखत वीर उत्ते सुभाईमान है उसके विच गोली लगी हुई अजे भी मौजूद है जो सरकार ने इस गाली कसू का चिट्ठा दा दीप सिंह दी फोटो लोगों ने बड़ी भीड़ा लैनिया शुरू की जो कि चोरी वो फोटो मिलती सन से चोरी लोग लेके जाया करते सन एक प्रोफेसर जो खालसा कॉलेज का सी एक कोल खड़ोता है अकाली पत्रकार का एक पत्र प्रेरक कोल खड़ोता है वह कह लगा भाई साहब आ इनिया फोटो चोरी लग रही ने ते फिर भी इनी काली लाल से इनी तेजी क्यों लग रही हैं अच्छा ने पहली बार खालसा सब तो आया है पहली बार ही हिंदुस्तान के बादशाह हिंदुस्तान दया दो सिखा ने जे हिंदुस्तान के तर्कधारी सोदिया ता भी दो सिखा जे मथे रंगे सोदिया ता भी दो सिखा जे अजे मथे रंगे सोदिया ता भी दो सिखा 31 अक्टूबर 9:30 गेस्ट हाउस में जाती हुई इंदिरा गांधी गुरु क्या सिखा ने हरिमंदर साहब का बदला देखो हे क्यों लिया 31 अक्टूबर Yeah!
सिंह शेर आवे उसकी कोई पेश ना जावे ठंगी का दित्ती सी बादी गर्म मजाज सुमानी बादी गर्म मजाज सुमानी फाकी ते करमाना बाला है पात वीरानी हनुमान मंदुर दा सिंगा ने जलता जंकारा उन भरना वा भरनो ले लिया के अपना सारा